ਆ ਕਿੱਥੇ ਆ ਡੇਲੀ ਪੋਸਟ ਵਾਲੇ ਇਹ ਸਾਰਾ ਦਿਨ ਦੋਸਤ ਸ਼ਰਮ ਆਉਂਦੀ ਐਦਾਂ ਦੇ ਮੀਡੀਆ ਦੇ ਉੱਤੇ ਮੈਨੂੰ ਸਾਰਾ ਦਿਨ ਪੋਸਟਾਂ 14 ਪਾਈਆਂ ਇਹਨਾਂ ਨੇ ਜਿਨ੍ਹਾਂ ਨੇ ਮੀਡੀਆ ਦੀ ਆਜ਼ਾਦੀ ਦੇ ਉੱਤੇ ਵੱਡਾ ਕੁਹਾੜਾ ਮਾਰਿਆ ਸੀ ਜੀ ਪੰਜਾਬੀ ਨੂੰ ਬਲੈਕ ਆਊਟ ਕੀਤਾ ਅੱਜ ਫਾਸਟ ਵੇ ਤੇ ਡੇਲੀ ਪੋਸਟ ਸਾਰਾ ਦਿਨ ਇੱਕੋ ਹੀ ਇਹਦੇ ਕੋਲੇ ਖਬਰ ਆ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਸ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਇੱਕ ਦੌਰੇ ਤੇ ਨਿਕਲੇ ਹੋਏ ਨੇ ਜੇ ਗੱਲ ਕਰੀਏ ਪਿਛਲੇ ਦਿਨੀ ਸਿਮਰਜੀਤ ਸਿੰਘ ਬੈਸ ਨੇ ਬਕਾਇਦਾ ਤੌਰ ਤੇ ਇੱਕ ਨਿੱਜੀ ਚੈਨਲ ਦੀ ਮਾਈਕ ਆਈਡੀ ਪਕੜ ਕੇ ਔਰ ਉਸ ਤੇ ਖੂਬ ਤੰਜ ਕੱਸੇ ਨੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਇੱਕ ਔਰਤ ਨੇ ਪਿਛਲੇ ਦਿਨੀ ਸਿਮਰਜੀਤ ਸਿੰਘ ਬੈਸ ਜੋ ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਔਰ ਉਹਨਾਂ ਦੇ ਉੱਪਰ ਰੇਪ ਦੇ ਇਲਜ਼ਾਮ ਲਗਾਏ ਸੀ ਔਰ ਉਹਨਾਂ ਨੇ ਕਿਹਾ ਕਿ 10 ਤੋਂ 12 ਵਾਰ ਸਿਮਰਜੀਤ ਸਿੰਘ ਬੈਸ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਨੇ ਹੁਣ ਜਿਸ ਸ਼ਖਸ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਉਸ ਸ਼ਖਸ ਦੇ ਕੋਲੋਂ ਮੀਡੀਆ ਦਾ ਕੰਮ ਹੈ ਪੁੱਛਣਾ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਔਰ ਜਿੱਥੇ ਵੀ ਸਿਮਰਜੀਤ ਸਿੰਘ ਬੈਂਸ ਜਾਂਦੇ ਨੇ ਔਰ ਮੀਡੀਆ ਉਹਨਾਂ ਕੋਲੋਂ ਇਹ ਪ੍ਰਸ਼ਨ ਜ਼ਰੂਰ ਪੁੱਛਦਾ ਹੈ ਕਿ ਔਰਤ ਨੇ ਜਿਹੜੇ ਇਲਜ਼ਾਮ ਲਾਏ ਹੈ ਆਖਿਰ ਉਸ ਦੀ ਸੱਚਾਈ ਕੀ ਹੈ ਤਾਂ ਉਸ ਵੇਲਾ ਸਿਮਰਜੀਤ ਸਿੰਘ ਬੈਂਸ ਕਿਤੇ ਨਾ ਕਿਤੇ ਗੁੱਸੇ ਵਿੱਚ ਨਜ਼ਰ ਆਉਂਦੇ ਨੇ ਔਰ ਅੰਦਰੋਂ ਅੰਦਰੀ ਉਹ ਮਤਲਬ ਕੋਸਦੇ ਨਜ਼ਰ ਆਉਂਦੇ ਨੇ ਔਰ ਕਈ ਵਾਰ ਤਾਂ ਪੱਤਰਕਾਰਾਂ ਨੂੰ ਤੱਤੀ ਆਵਾਜ਼ ਦੇ ਵਿੱਚ ਵੀ ਉਹ ਆਨਸਰ ਦੇ ਕੇ ਨਿਕਲ ਜਾਂਦੇ ਨੇ ਔਰ ਪਿਛਲੇ ਦਿਨੀ ਪਟਿਆਲੇ ਆਏ ਪਟਿਆਲੇ ਵਿੱਚ ਵੀ ਜਦੋਂ ਪੱਤਰਕਾਰ ਵੱਲੋਂ ਪੁੱਛਿਆ ਗਿਆ ਤਾਂ ਉਸ ਦਾ ਕੋਈ ਜਵਾਬ ਜਿਹੜਾ ਹੈ ਨਿੱਜੀ ਤੌਰ ਤੇ ਵਧੀਆ ਨਹੀਂ ਦਿੱਤਾ ਲੇਕਿਨ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇੱਕ ਨਿੱਜੀ ਚੈਨਲ ਨੂੰ ਟਾਰਗੇਟ ਕੀਤਾ ਔਰ ਉਸ ਦੀ ਮਾਈਕ ਆਈਡੀ ਪਕੜ ਕੇ ਕਿਹਾ ਕਿ ਮੈਨੂੰ ਅਜਿਹੇ ਚੈਨਲਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਜਿਨ੍ਹਾਂ ਨੇ ਮੀਡੀਆ ਦੀ ਆਜ਼ਾਦੀ ਦੇ ਉੱਪਰ ਪ੍ਰਸ਼ਨ ਚਿੰਨ੍ਹ ਖੜੇ ਕੀਤੇ ਹੋਏ ਨੇ ਔਰ ਕਿਸ ਨਿੱਜੀ ਟੀਵੀ ਚੈਨਲ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੋਰ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਮੈਨੂੰ ਸਾਰਾ ਦਿਨ ਪੋਸਟਾਂ 14 ਪਾਈਆਂ ਇਹਨਾਂ ਨੇ ਕਿਉਂਕਿ ਉਹ ਕੰਪਨੀ ਗੁਰਦੀਪ ਜੁਝਾਰ ਜੀ ਦੀ ਜਿਨ੍ਹਾਂ ਨੇ ਮੀਡੀਆ ਦੀ ਆਜ਼ਾਦੀ ਦੇ ਉੱਤੇ ਵੱਡਾ ਕੁਹਾੜਾ ਮਾਰਿਆ ਸੀ ਜੀ ਪੰਜਾਬੀ ਨੂੰ ਬਲੈਕ ਆਊਟ ਕੀਤਾ ਤੇ ਲੋਕ ਇਨਸਾਫ ਪਾਰਟੀ ਨੇ ਮੀਡੀਆ ਦੀ ਆਜ਼ਾਦੀ ਵਾਸਤੇ ਮੈਂ 17 ਦਿਨ ਜੇਲ੍ਹ ਕੱਟੀ ਅੱਜ ਫਾਸਟ ਵੇ ਤੇ ਡੇਲੀ ਪੋਸਟ ਸਾਰਾ ਦਿਨ ਇੱਕੋ ਹੀ ਇਹਦੇ ਕੋਲੇ ਖਬਰ ਆ ਬੈਂਸ ਦੇ ਬਰਖਿਲਾਫ ਨਹੀਂ ਸੱਚਾਈ ਦੇ ਬਰਖਿਲਾਫ ਇਹਨਾਂ ਦੀ ਲੁੱਟ ਤੰਤਰ ਨੂੰ ਲਗਾਤਾਰ ਜਾਰੀ ਰੱਖਣ ਵਾਸਤੇ ਕੋਈ ਬੰਦਾ ਰੋਕੇ ਨਾ ਜਾਰੀ ਰਵੇ ਜਿਹੜੇ ਨਿਕਾਰੇ ਹੋਏ ਲੀਡਰ ਕਾਂਗਰਸ ਦੇ ਲੁਧਿਆਣਾ ਦੇ ਅੰਦਰ ਮੈਂ ਤੁਹਾਨੂੰ ਕਿਹਾ ਨਾ ਵੀ ਤੁਸੀਂ 2-4 ਦਿਨ ਰੁਕ ਜਾਓ ਤੁਹਾਡੇ ਸਾਹਮਣੇ ਦੋ ਸੱਚਾਈ ਲਿਆ ਕੇ ਦੱਸੂਗਾ ਵੀ ਸੱਚਾਈ ਕੀ ਹੈਗੀ ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ